ਕੇ ਆਕਾਸ਼ਵਾਣੀ ਹੈ ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨਦੇਵ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰ ਨੇ ਦਹਿਸ਼ਤਗਰਦੀ ਦਾ ਸਫਲਤਾਪੂਰਨ ਮੁਕਾਬਲਾ ਕੀਤਾ ਤੇ ਪਾਪੂਲਰ ਫਰੰਟ ਆਫ ਇੰਡੀਆ ਤੇ ਪਾਬੰਦੀ ਲਾਈ ਹੈ। ਤ੍ਰਿਪੁਰਾ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਅੱਜ ਸ਼ਾਮੀ ਖਤਮ ਹੋ ਰਿਹਾ ਹੈ। ਸਿਆਸੀ ਪਾਰਟੀਆਂ ਵੋਟਰਾਂ ਨੂੰ ਆਪਣੇ ਹੱਕ 'ਚ ਕਰਨ ਦੀ ਆਖਰੀ ਸਮੇਂ ਦੀ ਵਾਹ ਲਾ ਰਹੀਆਂ ਨੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੇਸ਼ਾਂ ਵਿਚਕਾਰ ਵਿਹਾਰਕ ਸਬੰਧਾਂ ਦੀ ਲੋੜ ਤੇ ਜ਼ੋਰ ਦਿੱਤਾ ਹੈ ਤੇ ਰਾਸ਼ਟਰਾਜ ਪਲਵਾਮਾ دہشت ਗਰਦ ਹਮਲੇ ਦੀ ਚੌਥੀ ਵਰ੍ਹੇ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰ ਰਿਹਾ ਹੈ। ਹੁਣ ਖਬਰਾਂ ਵਿਸਥਾਰ ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਜਪਾ ਨੂੰ ਤ੍ਰਿਪੁਰਾ ਵਿਧਾਨ ਸਭਾ ਚੋਣਾਂ 'ਚ ਮੁਕੰਮਲ ਬਹੁਮਤ ਮਿਲੇਗਾ। ਇੱਕ ਖਬਰ ਏਜੰਸੀ ਨਾਲ ਇੰਟਰਵਿਊ ਵਿੱਚ ਉਹਨਾਂ ਨੇ ਕਿਹਾ ਕਿ ਭਾਜਪਾ ਪਾਰਟੀ ਦੀ ਅਗਵਾਈ ਹੇਠ ਵਿਕਾਸ ਪਹਿਲ ਕਦਮੀਆਂ ਨੂੰ ਅੱਗੇ ਤੋਰਦਿਆਂ ਰਾਜ ਨੂੰ ਅਗਲੇ 5 ਸਾਲਾਂ 'ਚ ਖੁਸ਼ਹਾਲ ਬਣਾਉਣ ਲਈ ਵੋਟਾਂ ਮੰਗ ਰਹੀ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਪਿਛਲੀਆਂ ਚੋਣਾਂ 'ਚ ਭਾਜਪਾ ਦਾ ਚਲੋ ਪਲਟਾਈ ਨਾਅਰਾ ਤ੍ਰਿਪੁਰਾ 'ਚ ਸੱਤਾ 'ਚ ਆਉਣ ਦਾ ਸਿਰਫ ਇੱਕ ਨਾਅਰਾ ਨਹੀਂ ਸੀ ਸਗੋਂ ਇਹ ਤ੍ਰਿਪੁਰਾ 'ਚ ਹਾਲਾਤ ਬਦਲਣ ਲਈ ਸੀ। ਉਹਨਾਂ ਨੇ ਕਿਹਾ ਕਿ ਕਾਂਗਰਸ ਤੇ ਸੀਪੀਆਈਐਮ ਵੱਲੋਂ ਰਲ ਕੇ ਚੋਣ ਲੜਨ ਤੋਂ ਪਤਾ ਲੱਗਦਾ ਹੈ ਕਿ ਉਹ ਆਪਣੇ ਤੌਰ ਤੇ ਭਾਜਪਾ ਨੂੰ ਹਰਾਉਣ ਦੀ ਸਥਿਤੀ ਵਿੱਚ ਨਹੀਂ ਨੇ। ਗ੍ਰਹਿ ਮੰਤਰੀ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਉੱਤਰ ਪੂਰਬੀ ਰਾਜਾਂ 'ਚ ਸਥਾਨਕ ਪਛਾਵਾਵਾਂ ਨੂੰ ਮਜ਼ਬੂਤ ਕਰਨ ਲਈ ਕਦਮ ਚੁੱਕੇ ਨੇ ਤੇ ਦਿੱਲੀ 'ਚ ਉੱਤਰ ਪੂਰਬ ਤੋਂ ਕਲਾਕਾਰਾਂ ਦੀ ਸ਼ਮੂਲੀਅਤ ਬਿਨਾਂ ਕੋਈ ਵੀ ਵੱਡਾ ਸਰਕਾਰੀ ਪ੍ਰੋਗਰਾਮ ਨਹੀਂ ਹੁੰਦਾ। ਸ਼੍ਰੀ ਸ਼ਾਹ ਨੇ ਕਿਹਾ ਕਿ ਪਾਰਟੀ ਕਰਨਾਟਕਾ 'ਚ ਪੂਰਨ ਬੌਮੇਦ ਨਾਲ ਸੱਤਾ 'ਚ ਵਾਪਸੀ ਕਰੇਗੀ। ਜੰਮੂ ਕਸ਼ਮੀਰ 'ਚ ਰਾਜ ਦਾ ਦਰਜਾ ਬਹਾਲ ਕਰਨ ਬਾਰੇ ਬੋਲਦਿਆਂ ਸ਼੍ਰੀ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੇ ਸਾਫ਼ ਕਹਿ ਸੀ ਕਿ ਚੋਣਾ ਮਗਰੋਂ ਜੰਮੂ ਕਸ਼ਮੀਰ 'ਚ ਰਾਜ ਦਾ ਦਰਜਾ ਬਹਾਲ ਕੀਤਾ ਜਾਏਗਾ। ਗ੍ਰਹਿ ਮੰਤਰੀ ਨੇ ਕਿਹਾ ਕਿ ਤਾਰਾ 370 ਹਟਾਉਣ ਮਗਰੋਂ ਕੇਂਦਰੀ ਪ੍ਰਬੰਧਿਤ ਪ੍ਰਦੇਸ਼ ਵਿੱਚ ਵਿਕਾਸ ਕਾਰਜ ਤੇਜ਼ ਰਫ਼ਤਾਰ ਨਾਲ ਹੋ ਰਹੇ ਨੇ ਤੇ ਦਹਿਸ਼ਤਗਰਦੀ ਕਾਰਵਾਈਆਂ 'ਚ ਵੀ ਚੋਖੀ ਕਮੀ ਆਈ ਹੈ। ਖੱਬੇ ਪੱਖੀ ਆਤਵਾਦਾਰੇ ਸ਼੍ਰੀ ਸ਼ਾਹ ਨੇ ਕਿਹਾ ਕਿ ਪਿਛਲੇ 9 ਸਾਲਾਂ 'ਚ ਬਿਹਾਰ ਤੇ ਚਾਰਖੰਡ ਤੋਂ ਖੱਬੇ ਪੱਖੀ ਆਤਵਾਦ ਲਗਭਗ ਖਤਮ ਹੋ ਗਿਆ ਹੈ। ਪਪੂਲਰ ਫਰੰਟ ਆਫ ਇੰਡੀਆ ਪੀਐਫਆਈ ਬਾਰੇ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਸਫਲਤਾਪੂਰਨ ਇਸ ਉੱਪਰ ਪਾਬੰਦੀ ਲਾਈ ਹੈ ਕਿਉਂਕਿ ਪੀਐਫਆਈ ਦੇਸ਼ ਵਿੱਚ ਕੱਟੜਪੁਣਾਸ ਲਾ ਰਿਹਾ ਸੀ। ਤ੍ਰਿਪੁਰਾ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਅੱਜ ਸ਼ਾਮ ਨੂੰ ਖਤਮ ਹੋਏਗਾ 60 ਵਿਧਾਨ ਸਭਾ ਸੀਟਾਂ ਲਈ ਪੋਲਿੰਗ ਵੀਰਵਾਰ 16 ਫਰਵਰੀ ਨੂੰ ਹੋਏਗੀ ਚੋਣ ਕਮਿਸ਼ਨ ਪੂਰ ਅਮਨ ਢੰਗ ਨਾਲ ਪੋਲਿੰਗ ਕਰਾਉਣ ਲਈ ਸਾਰੇ ਜ਼ਰੂਰੀ ਕਦਮ ਚੁੱਕ ਰਿਹਾ ਹੈ ਪੋਲਿੰਗ ਤੋਂ ਪਹਿਲਾਂ ਭਾਰਤ ਬੰਗਲਾਦੇਸ਼ ਸਰਹੱਦ ਦੇ ਅੰਤਰਰਾਜੀ ਸਰਹੱਦਾਂ ਬੰਦ ਕਰ ਦਿੱਤੀਆਂ ਗਈਆਂ ਨੇ ਰਾਜ ਵਿੱਚ ਅਮਨ ਕਾਨੂੰਨ ਬਣਾਈ ਰੱਖਣ ਲਈ ਸੁਰੱਖਿਆ ਦਸਤਿਆਂ ਦੀਆਂ ਵਾਧੂ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਨੇ ਮਦਾਲਿਆ ਬਤੂ ਵਾਕਫਾਕ ਸਿਆਸੀ ਪਾਰਟੀਆਂ ਦੇ ਨੇਤਾ ਵਿਧਾਨ ਸਭਾ ਚੋਣਾਂ ਲਈ ਵੋਟਰਾਂ ਨੂੰ ਲਗਾਉਣ ਲਈ ਜਨ ਸੰਭਾਵਾਂ ਕਰ ਰਹੇ ਨੇ ਘਰ ਘਰ ਜਾ ਕੇ ਪ੍ਰਚਾਰ ਕਰ ਰਹੇ ਨੇ ਤੇ ਪੱਧ ਯਾਤਰਾਵਾਂ ਕੱਢ ਰਹੇ ਨੇ ਭਾਜਪਾ ਕਾਂਗਰਸ ਨੈਸ਼ਨਲ ਪੀਪਲਸ ਪਾਰਟੀ ਐਨ ਪੀਪੀ ਚੰਮੂਲ ਕਾਂਗਰਸ ਯੂनाइटेड ਡੈਮੋਕ੍ਰੈਟਿਕ ਪਾਰਟੀ ਯੂਡੀਪੀ ਐਚਐਸਪੀਡੀਪੀ ਤੇ ਹੋਰ ਪਾਰਟੀਆਂ ਦੇ ਸਟਾਰ ਪ੍ਰਚਾਰਕ ਚੋਣ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਨੇ 60 ਮੈਂਬਰੀ ਮਕਾਲੇ ਵਿਧਾਨ ਸਭਾ ਲਈ 27 ਫਰਵਰੀ ਨੂੰ ਵੋਟਾਂ ਪੈਣਗੀਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਰਤ ਸੁਰੱਖਿਆ ਮੁੱਦਿਆਂ ਨਾਲ ਪੁਰਾਣੇ ਢਾਂਚੇ ਅਤੇ ਨਵੇਂ ਵਸਤੀਵਾਦੀ ਤਰੀਕੇ ਨਾਲ ਨਜਿੱਠਣ 'ਚ ਵਿਸ਼ਵਾਸ ਨਹੀਂ ਕਰਦਾ ਬੰਗਲੂਰੂ 'ਚ ਰੱਖਿਆ ਮੰਤਰੀਆਂ ਦੇ ਸੰਮੇਲਨ 'ਚ ਬੋਲਦਿਆਂ ਮੰਤਰੀ ਨੇ ਕਿਹਾ ਕਿ ਭਾਰਤ ਸਾਰੇ ਦੇਸ਼ਾਂ ਨੂੰ ਬਰਾਬਰ ਪਾਈ ਵਾਲਾ ਮੰਨਦਾ ਹੈ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਫੌਜੀ ਅਤੇ ਟੈਕਨੋਲੋਜੀ ਪੱਖੋਂ ਵਿਦੇਰੇ ਅਮੀਰ ਅਤੇ ਆਧੁਨਿਕ ਦੇਸ਼ਾਂ ਨੂੰ ਹਮਾਇਤ ਲਈ ਲੋੜ ਵਾਲੇ ਦੇਸ਼ਾਂ ਨੂੰ ਆਪਣੇ ਹੱਲਾਂ ਬਾਰੇ ਹੁਕਮ ਦੇਣ ਦਾ ਅਧਿਕਾਰ ਨਹੀਂ ਹੁੰਦਾ ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਅਜੇ ਹੀ ਭਾਰੀ ਵਾਲੀ ਦੀ ਪੇਸ਼ ਕਰਦਾ ਜੋ ਰਾਸ਼ਟਰੀ ਤਰਜੀਹਾਂ ਅਤੇ ਸਮਰਥਾਵਾਂ ਨੂੰ ਅਪਣਾਉਣ ਵਾਲੀ ਹੋਵੇ। ਉਨ੍ਹਾਂ ਕਿਹਾ ਕਿ ਭਾਰਤ ਦੂਜੇ ਭਾਈਵਾਲ ਦੇਸ਼ਾਂ ਨਾਲ ਨਿਰਮਾਣ, ਸਿਰਜਣਾ ਅਤੇ ਵਿਕਾਸ ਕਰਨਾ ਚਾਹੁੰਦਾ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਦੀ ਕੋਸ਼ਿਸ਼ ਖਰੀਦਦਾਰ ਅਤੇ ਵਿਕਰੇਤਾ ਦੇ ਰਵਾਇਤੀ ਰਿਸ਼ਤੇ ਨੂੰ ਸਹਿ-ਵਿਕਾਸ ਅਤੇ ਸਹਿ-ਉਤਪਾਦਨ ਦੇ ਮਾਡਲ 'ਚ ਬਦਲਣ ਦੀ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਹਮੇਸ਼ਾ ਨੇਮ ਅਧਾਰਿਤ ਅੰਤਰਰਾਸ਼ਟਰੀ ਨਿਯਮ ਲਈ ਖੜਾ ਰਿਹਾ ਹੈ। श्री राजनाथ सिंह ਨੇ ਸਹਾਸਮਾਨ ਦੇ ਅਸਲ ਆਲਮੀ ਨਿਰਮਾਤਾਵਾਂ OEMs ਨੂੰ ਸਹਿ ਵਿਕਾਸਕਰਨ ਸਹਿ ਉਤਪਾਦਨ ਇਕਜਟ ਹੋਣ ਅਤੇ ਸਪਲਾਈ ਚੇਨਸ ਨੂੰ ਮਜ਼ਬੂਤ ਕਰਨ ਸਾਂਝੇ ਉਦਮ ਬਣਾਉਣ ਅਤੇ ਭਾਰਤ ਵਿੱਚ ਨਿਰਮਾਣ ਕੇਂਦਰ ਸਥਾਪਿਤ ਕਰਕੇ ਵਿਸ਼ਵ ਲਈ ਉਤਪਾਦਨ ਦਾ ਸੱਦਾ ਦਿੱਤਾ ਹੈ ਉਹ ਅੱਜ ਬੰਗਲੌਰੂ ਚ 에어로 ਇੰਡੀਆ ਦੇ ਚਲਦੇ ਆ OEMs ਦੇ CEOs ਨੂੰ ਮਿਲੇ ਗੱਲਬਾਤ ਦੌਰਾਨ ਉਹਨਾਂ ਨੇ ਇਸ ਗੱਲ ਤੇ ਰੌਸ਼ਨੀ ਪਾਈ ਕਿ ਭਾਰਤ ਆਲਮੀ ਰੱਖਿਆ ਸੰਤਲੀ ਜ਼ਮੀਨ ਦੀਆਂ ਮੁਕਾਬਲੇਬਾਜ਼ੀ ਵਾਲੀਆਂ ਲਾਗਤਾਂ ਹੁਨਰਮੰਦ ਮਨੁੱਖੀ ਪੂੰਜੀ ਮਜ਼ਬੂਤ ਸਟਾਰਟਅਪ ਮਾਹੌਲ ਅਤੇ ਵੱਡੇ ਘਰੇਲੂ ਰੱਖਿਆ ਬਾਜ਼ਾਰ ਦੇ ਫਾਇਦਿਆਂ ਦੀ ਪੇਸ਼ਕਸ਼ ਕਰਦਾ ਹੈ। ਉਹਨਾਂ ਨੇ ਇਸ ਨੂੰ ਲਾਹੇਵੰਦ ਸਥਿਤੀ ਦੱਸਿਆ ਜਿੱਥੇ ਵਿਸ਼ਵ ਭਰ ਵਿੱਚ ਰੱਖਿਆ ਨਿਰਮਾਣ ਕੰਪਨੀਆਂ ਭਾਰਤ ਦੇ ਵਾਧੇ ਦੇ ਸਫਰ ਦਾ ਹਿੱਸਾ ਬਣ ਸਕਦੀਆਂ ਨੇ। ਰੱਖਿਆ ਸਕੱਤਰ ਗ੍ਰੀਦਰ ਅਰਮਾਨੀ ਨੇ ਅੱਜ ਬੰਗਲੌਰੂ ਚ ਬ੍ਰਿਟਾਨੀਆ ਦੇ ਰੱਖਿਆ ਖਰੀਦਪਾਰੇ ਰਾਜਪੰਤਰੀ ਐਲੈਕਸ ਚੌਕਨਰ ਦੁਵੱਲੀ ਮੀਟਿੰਗ ਕੀਤੀ। ਮੀਟਿੰਗ ਬੈਂਗਲੁਰੂ ਚ ਚੱਲ ਰਹੇ 에어로 ਇੰਡੀਆ ਸ਼ੋਅ ਦੇ ਨਾਲ ਨਾਲ ਹੋਈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ ਕਸ਼ਮੀਰ ਚ 2019 ਦੇ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਇੱਕ ਟਵੀਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਰਾਸ਼ਟਰ ਪੁਲਵਾਮਾ ਚ ਅੱਜ ਦੇ ਦਿਨ ਯਾਦਾਂ ਗੁਆਉਣ ਵਾਲੇ ਸਾਡੇ ਬਹਾਦਰ ਨਾਇਕਾਂ ਤੇ ਸਰਬੋਤਮ ਬਲੀਦਾਨ ਨੂੰ ਕਦੇ ਵੀ ਨਹੀਂ ਭੁੱਲੇਗਾ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਬਹਾਦਰੀ ਇੱਕ ਮਜ਼ਬੂਤ ਤੇ ਵਿਕਸਿਤ ਭਾਰਤ ਬਣਾਉਣ 'ਚ ਲੋਕਾਂ ਨੂੰ ਪ੍ਰੇਰਿਤ ਕਰਦੀ ਹੈ 2019 'ਚ ਅੱਜ ਦੇ ਹੀ ਦਿਨ ਸੀਆਰਪੀਐਫ ਦੇ ਘੱਟੋ-ਘੱਟ 40 ਜਵਾਨ ਉਸ ਸਮੇਂ ਮਾਰੇ ਗਏ ਸਨ ਜਦ ਇੱਕ ਆਤਮਹਾਰੀ ਬੰਬਰ ਨੇ ਫੋਰਟ ਕਨਾਲ ਭਾਰੀਕਾਰ ਸੁਰੱਖਿਆ ਦਸਤਿਆਂ ਦੇ ਕਾਫਲੇ 'ਚ ਉਡਾ ਦਿੱਤੀ ਸੀ ਹਮਲਾ ਪਾਕਿਸਤਾਨੀ ਦਹਿਸ਼ਤਗਰਦ ਤੜੇ ਜੈਸ਼-ਏ-ਮੁਹੰਮਦ ਵੱਲੋਂ ਕੀਤਾ ਗਿਆ ਸੀ ਜਿਸ ਦਾ ਮੁਖੀ ਮਸood ਅਜ਼ਰੈ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਇੱਕ ਟਵੀਟ ਵਿੱਚ ਉਨ੍ਹਾਂ ਕਿਹਾ ਹੈ ਕਿ ਰਾਸ਼ਟਰ ਕਦੇ ਵੀ ਉਨ੍ਹਾਂ ਦੇ ਬਲੀਦਾਨ ਨੂੰ ਨਹੀਂ ਭੁੱਲ ਸਕਦਾ। ਸ਼੍ਰੀ ਸ਼ਾਹ ਨੇ ਕਿਹਾ ਕਿ ਉਨ੍ਹਾਂ ਦੀ ਬੇਮਿਸਾਲ ਬਹਾਦਰੀ دہشت ਗਰਦੀ ਖਿਲਾਫ ਲੜਾਈ ਵਿੱਚ ਹਮੇਸ਼ਾ ਇੱਕ ਪ੍ਰੇਰਣਾ ਵਜੋਂ ਕੰਮ ਕਰੇਗੀ। ਸਿਵਲ ਹਵਾਬਾਜੀ ਤੇ ਫੌਲਾਦ ਬਾਰੇ ਕੇਂਦਰੀ ਮੰਤਰੀ ਜਯੋਤਰਾ ਦਿੱਤੇ ਸਿੰਧિયા ਨੇ ਮੱਧ ਪ੍ਰਦੇਸ਼ ਵਿੱਚ ਇੰਦੌਰ ਵਿਖੇ ਭਾਰਤ ਦੀ G20 ਪ੍ਰਧਾਨਗੀ ਹੇਠ ਖੇਤੀਬਾੜੀ ਕਾਰਜ ਸਮੂਹੀ ਦੀ ਚਲਰੀ ਪਹਿਲੀ ਮੀਟਿੰਗ ਦੇ ਦੂਜੇ ਦਿਨ G20 ਡੈਲੀਗੇਟਸ ਨੂੰ ਸੰਬੋਧਨ ਕੀਤਾ ਹੈ। ਉਹਨਾਂ ਕਿਹਾ ਕਿ ਭਾਰਤ ਵੱਲੋਂ G20 ਪ੍ਰਧਾਨਗੀ ਸੰਭਾਲਣਾ ਦੇਸ਼ ਲਈ ਮਾਣ ਵਾਲੀ ਗੱਲ ਹੈ। ਖੇਤੀਬਾੜੀ ਲਈ 3S ਰਣਨੀਤੀ ਤੇ ਜ਼ੋਰ ਦਿੰਦਿਆਂ ਉਹਨਾਂ ਕਿਹਾ ਕਿ ਸਾਨੂੰ ਖੇਤੀਬਾੜੀ ਸਿਲਸਿਲੇ ਵਿੱਚ 3S ਸਮਾਰਟ ਸਸਟੇਨੇਬਲ ਤੇ ਸਰਵਿੰਗ ਆਲ ਰਣਨੀਤੀ ਅਪਣਾਉਣੀ ਹੋਏਗੀ। ਉਹਨਾਂ ਕਿਹਾ ਕਿ ਭਾਰਤ ਵਸੁਦੇਵ ਕੁਟੰਬਕੁੰਮ ਦੀਆਂ ਕਦਰਾਂ ਕੀਮਤਾਂ ਨਾਲ ਅੱਗੇ ਵਧ ਰਿਹਾ ਹੈ। ਪੂਗੇ ਚਿੱਤਰਕਾਰ ਲਲਿਤਾ ਲਾਜ਼ਮੀ ਦਾ ਦਿਹਾਂਤ ਹੋ ਗਿਆ ਹੈ 90 ਸਾਲਾ ਲਲਿਤਾ ਲਾਜ਼ਮੀ ਸਰਗਵਾਸੀ ਫਿਲਮ ਨਿਰਮਾਤਾ ਤੇ ਅਦਾਕਾਰ ਗੁਰੂ ਦੱਤ ਦੇ ਭੈਣ ਸਨ ਦਾ ਨੈਸ਼ਨਲ ਗੈਲਰੀ ਆਫ ਮਾਡਰਨ ਆਰਟ ਐਨ ਜੀ ਐਮ ਐਨ ਏ ਉਨ੍ਹਾਂ ਦੀ ਮੌਤ ਦੀ ਖਬਰ ਸਾਂਝੀ ਕੀਤੀ ਹੈ ਕਲਾ ਨਾਲ ਸੰਬੰਧਿਤ ਪਰਿਵਾਰ ਤੋਂ ਆਉਣ ਵਾਲੇ ਲਾਜ਼ਮੀ ਸ਼ਾਸਤਰੀ ਨ੍ਰਿਤ ਤੇ ਚਿੱਤਰਕਾਰੀ ਦੇ ਸ਼ੁਕੀਨ ਸਨ ਨਿਊਜ਼ੀਲੈਂਡ ਸਰਕਾਰ ਨੇ ਨਾਰਥ ਆਈਲੈਂਡ 'ਚ ਚੱਕਰਵਾਤੀ ਤੂਫਾਨ ਗੈਬਰੀਲੇ ਦੇ ਆਉਣ ਮਗਰੋਂ ਰਾਸ਼ਟਰੀ ਪੱਧਰ ਤੇ ਐਮਰਜੈਂਸੀ ਲਾਗੂ ਕਰ ਦਿੱਤੀ ਹੈ ਖੰਗਾਮੀ ਪ੍ਰਬੰਧਾਰੇ ਮੰਤਰੀ ਕਿਰਨ ਮੇਕੋਲੀ ਨੇ ਇਸ ਸੰਬੰਧੀ ਐਲਾਨ ਤੇ ਦਸਖਤ ਕਰਦਿਆਂ ਕਿਹਾ ਕਿ ਇਹ ਇੱਕ ਵੱਡੀ ਤਬਾਈ ਹੈ ਜਿਸ ਨਾਲ ਲੋਕਾਂ ਦੇ ਜੀਵਨ ਨੂੰ ਸੱਚਮੁੱਚ ਖਤਰਾ ਪੇਸ਼ ਹੈ ਤੂਫਾਨ ਕਾਰਨ ਹੜ ਆ ਗਏ ਨੇ ਤੇ ਸੜਕਾਂ ਤੇ ਹੋਰ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ ਭਾਰੀ ਮੀਂਹ ਤੇ ਤੇਜ਼ ਹਵਾਵਾਂ ਕਾਰਨ 38000 ਘਰਾਂ ਨੂੰ ਬਿਜਲੀ ਦੇ ਬਿਨਾਂ ਰਹਿਣਾ ਪਿਆ ਹੜਾਂ ਦੇ ਪਾਣੀ ਤੇ ਢਿਗਾਂ ਡਿਗਣ ਕਾਰਨ ਦੇਸ਼ ਪਾਰਚ ਦੇ ਕਈ ਇਲਾਕੇ ਬਾਹਰੀ ਦੇਸ਼ ਨਾਲੋਂ ਕੱਟੇ ਗਏ ਨੇ ਇਸ ਤੀਜੀ ਵਾਰ ਹੈ ਜਦ ਨਿਊਜ਼ੀਲੈਂਡ ਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ ਪਹਿਲਾਂ 2019 ਵਿੱਚ ਕ੍ਰਾਈਸਟਚਰਚ ਦਹਿਸ਼ਤਗਰਧ ਹਮਲੇ ਤੇ 2020 ਵਿੱਚ ਕੋਵਿਡ ਮਹਾਮਾਰੀ ਦੌਰਾਨ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਸੀ ਬੈਡਮਿੰਟਨ ਏਸ਼ੀਆ ਮਿਕਸ ਟੀਮ ਚੈਂਪੀਅਨਸ਼ਿਪ 2023 ਅੱਜ ਦੁਬਈ ਚ ਸ਼ੁਰੂ ਹੋ ਰਹੀ ਹੈ ਪੀਵੀ ਸਿੰਧੂ ਤੇ ਐਚਐਸ ਪੁਰਨੋਏ ਦੀ ਅਗਵਾਈ ਚ ਭਾਰਤ ਗਰੁੱਪ ਬੀ ਦੇ ਪਹਿਲੇ ਮੈਚ ਵਿੱਚ ਕਜ਼ਾਕਿਸਤਾਨ ਵਿਰੋਧ ਖੇਡੇਗਾ ਮਰਦਾਂ ਦੇ ਸਿੰਗਲਜ਼ ਵਿੱਚ ਪੁਰਨੋਏ ਤੇ ਲਖਸ਼ੇਸਨ ਆਪਣੀ ਕਿਸਮਤ ਅਜ਼ਮਾਉਣਗੇ ਮਰਦਾਂ ਦੇ ਡਬਲਸ ਵਿੱਚ ਚਿਰਾਗ ਸ਼ਰਤੀ ਤੇ ਧਰੂਪ ਕਪਿਲ ਦੀ ਜੋੜੀ ਮੈਦਾਨ 'ਚ ਉਤਰੇਗੀ ਮਰਦਾਂ ਦੇ ਡਬਲਸ ਵਿੱਚ ਕ੍ਰਿਸ਼ਨਾ ਪ੍ਰਸਾਦ ਗਰਗਾ ਤੇ ਵਿਸ਼ਨੂੰ ਵਰਦਨ ਗੋੜਪੀ ਦੀ ਇੱਕ ਹੋਰ ਭਾਰਤੀ ਜੋੜੀ ਵੀ ਖੇਡ ਰਹੀ ਹੈ ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰ ਨੇ دہشت گردੀ ਦਾ ਸਫਲਤਾਪੂਰਨ ਮੁਕਾਬਲਾ ਕੀਤਾ ਤੇ ਸਿਪਾਪੂਲਰ ਫਰੰਟ ਆਫ ਇੰਡੀਆ ਤੇ ਪਾਬੰਦੀ ਲਾਈ ਹੈ ਤ੍ਰਿਪੁਰਾ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਅੱਜ ਸ਼ਾਮ ਨੂੰ ਖਤਮ ਹੋ ਰਿਹਾ ਹੈ ਸਿਆਸੀ ਪਾਰਟੀਆਂ ਵੋਟਰਾਂ ਨੂੰ ਆਪਣੇ ਹੱਥ ਵਿੱਚ ਕਰਨ ਲਈ ਆਖਰੀ ਸਮੇਂ ਦੀ ਵਾਹ ਲਾ ਰਹੀਆਂ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੇਸ਼ ਵਿਵਸਥਾਰ ਵਿਹਾਰਿਕ ਸਬੰਧਾਂ ਦੀ ਲੋੜ ਤੇ ਜ਼ੋਰ ਦਿੱਤਾ ਹੈ ਤੇ ਰਾਸ਼ਟਰ ਅੱਜ ਪੁਲਵਾਮਾ دہشت ਗਰਧਾ ਮਲੇ ਦੀ ਚੌਥੀ ਵਰ੍ਹੇ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰ ਰਿਹਾ ਹੈ ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ